ऐसा नाम निरंजन हो, ऐसा नाम निरंजन हो, ऐसा yeah.
Thank you.
Yes, I'm the one.
ਜਿਸ ਬਾਤ ਬਖਸ਼ ਕਿਰਪਾ ਕਰ ਸਾਨੂੰ ਸਤਿ ਪਾਤਸ਼ਾਹ ਜੀ ਵਿਛੜੀ ਨੂੰ ਕਰਨ ਵੀ ਸਿੰਘ ਨੂੰ ਆਪਣੇ ਚਰਨਾਂ ਦੇ ਵਿੱਚ ਦੀ ਨਿਵਾਸ ਬਖਸ਼ਣ ਪਿਛੇ ਸਮੂਹ ਪਰਿਵਾਰ ਨੂੰ ਮਾਤਾ ਪਿਤਾ ਨੂੰ ਸਾਧ ਸੰਗਤੀਆਂ ਨੂੰ ਪਾੜਾ ਨੂੰ ਦਾ ਬਲ ਬਖਸ਼ਣ ਕਿਉਂਕਿ ਇਹ ਵਾਹਿਗੁਰੂ ਦਾ ਹੁਕਮ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਏ ਵਾਲੀ ਹੈ ਜਿਹੜਾ ਵੀ ਜੀਵ ਇਸ ਸੰਸਾਰ 'ਤੇ ਆਉਂਦਾ ਹੈ ਉਹਨੂੰ ਇੱਕ ਦਿਨ ਸੰਸਾਰ 'ਤੇ ਜਾਣਾ ਪੈਂਦਾ ਅਤੇ ਇਹ ਜੀਵਨ ਵਾਹਿਗੁਰੂ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਹੈ ਜਦੋਂ ਵੀ ਚਾਹੇ ਵਾਹਿਗੁਰੂ ਇਸ ਜੀਵ ਨੂੰ ਸਵੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਪਿਛਲੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਦਾਸ ਦਾ ਸਰੀਰ ਕਾਫ਼ੀ ਠੀਕ ਨਹੀਂ ਸੀ ਫਿਰ ਵੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਕੀਰਤਨ ਦੀ ਸੇਵਾ ਲਈ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਸੰਗਤਾਂ ਦਾ ਸ਼ੁਕਰਾਨਾ ਜਿਹਦਾ ਵੀ ਕੀਰਤਨ ਦੀ ਸੇਵਾ ਪ੍ਰਵਾਨ ਕੀਤੀ ਹੋਰ ਆਪ ਜੀ ਦੇ ਸਾਨੂੰ ਬੜੇ ਹੀ ਸਤਿਕਾਰਯੋਗ ਸਤਿਕਾਰਯੋਗ ਭਾਈ ਗੁਰਦਾਸ ਸਿੰਘ ਜੀ ਭਾਈ ਵੀਰ ਸਿੰਘ ਜੀ ਕੀਰਤਨ ਦੇ ਨਾਲ ਆਪ ਜੀ ਨੂੰ ਜੁੜਨਗੇ ਆਓ ਦਾਸ ਦੇ ਜਥੇ ਦੇ ਟਾਈਮ ਦੀ Thank you.
Yeah.
ब्रिथ में सर्वत खालसा जी की अरदास है जी सर्वत खालसा जी को वाहे गुरु वाहे गुरु वाहे गुरु नाम चित आवे चित आवे का सिखा सब सुख होवे जन जन खालसा जी साहिब नाम नाम से आवे देव देव पति पति की पैर पद की जी श्री साहिब जी सहाय खालसा जी के गुरुवारे बोलो जी सिखा नु सिखी नाम के सार रहता गुरु नाम सारा दुनिया चलेंगे जुगो जुग अकाल धर्म का निरकार खालसा जी बोलो जी सिखा ना मन नीवा मन उच्ची मन दा रखा वाहिगुरु जी अकाल पुरख अपने पंथ में सदा सहाय गुरुदास जी और श्री ननकाणा साहिब जी वास पाल दा नाम खालसा जी वर्ष जी के बाणिया दे बाद ने आसियां दे आसे सच्चे पिता वाहिगुरु दा हुक्म श्री गुरु नानक देव जी महाराज तंत्र श्री गुरु गोबिंद सिंह साहिब तंत्र श्री गुरु ग्रंथ साहिब सच्चे पातशाह जी और आप जी ने पावन चरण कमला पास अरदास बेनती है सतगुरु सच्चे पातशाह जी आप जी ने पावन बचन हम जे हर जी लिखिया दे हर हुक्म कमाए कल्ले आवे नानका सदे उठे पाए तुम्हार भगता अनुसार आप जी ने दर घर दे प्रीतवार सरदार सतिंद्र सिंह जी उन्हां दे सपुत्र ਉਹਨਾਂ ਦੇ ਸਪੁੱਤਰ ਕਰਨਵੀਰ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਵੱਲੋਂ ਬਖਸ਼ੂ ਵਿਸ਼ਵਾਸਾਂ ਦੀ ਪੂਜੀ ਨੂੰ ਭੋਗਦਿਆਂ ਹੋਇਆ ਕੁਝ ਦਿਨ ਪਹਿਲਾਂ ਇਸ ਸੰਸਾਰ ਤੋਂ ਅਕਾਲ ਚਲਾਣਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਰੂਹ ਦੇ ਨਿਮਿਤ ਸੱਚੇ ਪਾਤਸ਼ਾਹ ਜੀ ਉਹ ਪਰਸੋਂ ਦੇ ਜਵਾਬ ਜੀ ਦੇ ਆਪਣ ਸ੍ਰੀ ਅਨੰਦਪੁਰ ਸਾਹਿਬ ਉਹਨਾਂ ਦੀ ਗ੍ਰਹਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਆਪ ਜੀ ਦੇ ਚਰਨ ਕਮਲਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਰਾਣੀ ਦੇ ਨਿਮਿਤ ਕੀਰਤਨ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਬਾਹੂ ਜਬਾਣੀ ਦਾ ਕੀਰਤਨ ਕਰਦੇ ਹਾਂ ਸ੍ਰੀ ਅਨੰਦ ਸਾਹਿਬ ਜੀ ਦਾ ਕੀਰਤਨ ਕਰਦੇ ਹਾਂ ਕਰਵਾਤਾ ਘਾਟਾ ਮਾਫ਼ ਕਰਨੀ ਦੇ ਅੱਗੇ ਵਾਸਤੇ ਸਮਾਜ ਪੁੱਛਣੀ ਪੜ੍ਹੀ ਗਈ ਗੁਰਬਾਣੀ ਦਾ ਮਹਾਤਮ ਵਿਸ਼ਰੀ ਰੂਪ ਦਾ ਅੰਗਾ ਸੰਤਾਂ ਸੱਚੇ ਪਾਤਸ਼ਾਹ ਜੀ ਇਹ ਪੁੱਛਣਾ ਕਿਰਪਾ ਕਰਨੀ ਵਿਸ਼ਰੀ ਰੂਪ ਨੂੰ ਆਪਣੇ ਚਰਨਾਂ ਦੇ ਵਿਸ਼ਰੀ ਨਿਵਾਸ ਪੁੱਛਣਾ ਵਿਸ਼ੇ ਪਰਿਵਾਰ ਨੂੰ ਰਿਸ਼ਤੇਦਾਰ ਨੂੰ ਘਾਣਾ ਮੰਨਣ ਦਾ ਬਲ ਪੁੱਛਣਾ ਕਿਰਪਾ ਕਰਨੀ ਆਪ ਜੀ ਨੂੰ ਸੱਚੇ ਪਾਤਸ਼ਾਹ ਜੀ ਉਹ ਪਰਿਵਾਰ ਵੱਲੋਂ ਪਾਵਨ ਰੁਮਾਲਾ ਸਮਰਪਣ ਕੀਤੀ ਗਈ ਆਪ ਜੀ ਤੋਂ ਕਿਰਪਾ ਦੀ ਕਰਨੇ ਸੇਵਕਾਂ ਦੇ ਲੋਕ ਕਰ ਲੋਕ ਅੰਦਰ ਬਣਦੇ ਵਜਣੇ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਭੋਗ ਦੇ ਸੰਬੰਧ ਵਿੱਚ ਆਪ ਜੀ ਦੇ ਹਜ਼ੂਰ ਪੰਚਾਂ ਨੂੰ ਖੜਾ ਪ੍ਰਸ਼ਾਦ ਦੀ ਸਜਾ ਕੇ ਹਾਜ਼ਰ ਕੀਤੀ ਹੈ ਧਰਮ ਦਾ ਭੋਗ ਖਰਨ ਆਏ ਆਪ ਜੀ ਦੇ ਦਰ ਤੇ ਬੈਠ ਹੋਵੇ ਬ੍ਰਹਮ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਜੀ ਸੱਚੇ ਪਾਤਸ਼ਾਹ ਨੂੰ ਆਪ ਜੀ ਦੇ ਦਰਬਾਰ ਤੇ ਦੂਰੋਂ ਨੇੜੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਭਾ ਸੰਗਤਾਂ ਨੂੰ ਹਾਜ਼ਰ ਨਾਲ ਮਿਹਰਾਂ ਕਰਨੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਆਪ ਜੀ ਕਰੋ ਕਿਰਪਾ ਪਾਵਨ ਹੁਕਮ ਨਾਮੇ ਬਖਸ਼ੋ ਹੁਕਮ ਤੇ ਚੱਲਣ ਦੀ ਮਾਤ ਗੁਰ ਸਮਰਥਾ ਕੋਸ਼ਿਸ਼ ਕਰਨੀ ਜੀ ਸਹੀ ਪਿਆਰ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਸਿੱਧ ਆਦਿ ਨਾਨਕ ਨਾਮ ਚੜ੍ਹਦੀ ਤੇਰੀ ਬਾਣੀ ਸੋਈ ਹੈ ਸਭਨਾ ਦਾ ਮਹੱਲਾ
अपने सेवक की आप रखै पूर्ण भय बढ़ाय जी जंतर सब तिसके किए सोई संत सहाई अपने सेवक की आप रखै अंधन नाथ नाम ध्याय जी प्राण का दाता अपने रास को भंज लाए रख जो मार्ग भेद माता अंधन नाथ नाम ध्याय जी प्राण का दाता अपने रास को भंज लाए रख जो मार्ग भेद माता वाहिगुरु जी का खालसा वाहिगुरु जी की फतेह सुरठ दरबार जी जंत्र सब इसके किए सोई संत सहाई अपने सेवक तन सदड़े आए तिना जानियां हुकुम सच्चे करतार जो जो तेरा हुकुम तेरा त्यों हो बड़ा जय जय रखे आप नहीं कि अपने स्नेह में संसार ते ज्यादा तिर रख सके ਕਿਸੇ ਮਾਤਾ ਪਿਤਾ ਦਾ ਦਿਲ ਨਹੀਂ ਸਹਿਣਾ ਪਰ ਗੁਰੂ ਮਹਾਰਾਜ ਦੀ ਬਾਣੀ ਦੇ ਨਾਲ ਜੁੜ ਕੇ ਇਹ ਸਿੱਖਿਆ ਮਿਲਦੀ ਹੈ ਅਸਲ ਦੇ ਵਿੱਚ ਕੋਈ ਜ਼ੋਰ ਨਹੀਂ ਹੈ ਕਿ ਅਸੀਂ ਕੁਝ ਕਰ ਸਕੀਏ ਕਿਉਂਕਿ ਇਹ ਅਕਾਇਬ ਵਾਹਿਗੁਰੂ ਦਾ ਪਾੜਾ ਹੈ ਜਦੋਂ ਜੀਵ ਦੀ ਸਵਾਸਾਂ ਦੀ ਪੂੰਜੀ ਖਤਮ ਸੋ ਗੁਰੂ ਸਾਹਿਬ ਦੀ ਕਿਰਪਾ ਕਰਨ ਆਪਣੇ ਕਦੋਂ ਕਰੋ ਗੁਰਸ ਕੀ ਜੀਵਨ ਨਾਲ ਮਨ ਦੇ ਨਾਲ ਵਸਾਇਆ ਹੋਇਆ ਬਖਸ਼ਣ ਦੁੱਖਾਂ ਕਲੇਸ਼ਾਂ ਦਾ ਵਾਸ ਕਰਨ ਹੁਣ ਬੇਨਤੀ ਹੈ ਸਿਰ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ ਪਹਿਲਾਂ ਦੇਵਰ ਪਾਈ ਜਾਵੇਗੀ ਉਪਰੰਤ ਗੁਰੂ ਕਾ ਲੰਗਰ ਤਿਆਰ ਹੈ ਤਦੇ ਹਾਲ ਦੇ ਵਿੱਚ ਸਿੱਖ ਸਲਾਹ ਉਹਦੇ ਅਗਾ ਕਾਮ ਹੁੰਦੀ ਹੈ ਆਓ ਪਿਆਰ ਦੇ ਨਾਲ ਗੁਰੂ ਮੰਤਰ ਦੀ ਜਾਤ ਕਰੀਏ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ